ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀਤ ਸਿੰਘ। ਮਤਲਬ ਜੀ, ਇਹ ਕਈ ਦਿਨ ਪਹਿਲਾਂ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥੇਬੰਦੀ ਨੂੰ ਸਾਨੂੰ ਇੱਕ ਰਿਟਨ ਕੰਪਲੇਂਟ ਦਿੱਤੀ ਗਈ ਸੀ। ਉਹਦੇ ਵਿੱਚ ਇਹਨਾਂ ਵੱਲੋਂ ਵੇਰਵਾ ਪਾਇਆ ਗਿਆ ਕਿ ਇਹਨਾਂ ਦਾ ਕੇਸ, ਇਹ ਜੋ ਗੁਰੂ ਘਰ ਬਣਿਆ ਹੋਇਆ, ਇਹ ਅਸਲ ਦੇ ਵਿੱਚ ਵਕਫ ਬੋਰਡ ਦੀ ਜਗ੍ਹਾ ਦੇ ਉੱਪਰ ਬਣਿਆ ਹੋਇਆ। ਅਤੇ ਵਕਫ ਬੋਰਡ ਦੀ ਜੋ ਮਾਲਕੀ ਮੁਸਲਿਮ ਭਾਈਚਾਰੇ ਦੀ ਹੋਣ ਕਰਕੇ ਇਹਨਾਂ ਨੇ ਕੇਸ ਝਗੜਿਆ ਵਾ ਜੀ। ਕੇਸ ਲੰਮਾ ਸਮਾਂ ਜਾਣ ਤੋਂ ਬਾਅਦ ਫਿਰ ਆਫਟਰ ਆਲ ਕੇਸ ਦਾ ਫੈਸਲਾ ਇਹਨਾਂ ਦੇ ਹੱਕ 'ਚ ਆਇਆ ਵਾ ਜੀ। ਇਹ ਫੈਸਲਾ ਹੱਕ 'ਚ ਵਕਫ ਬੋਰਡ ਦੇ ਆਇਆ ਸੀ? ਹਾਂਜੀ, ਮੁਸਲਿਮ ਭਾਈਚਾਰੇ ਦੇ ਹੱਕ 'ਚ ਆਇਆ ਜੀ। ਅਤੇ ਇਹਨਾਂ ਦੇ ਸਖ਼ਤੀ ਨਾਲ ਆਰਡਰ ਪਾਸ ਕੀਤੇ ਨੇ ਮਾਣਯੋਗ ਕੋਰਟ ਨੇ ਜੀ, ਕਿ ਇਹਨਾਂ ਨੂੰ ਜਗ੍ਹਾ ਜੋ ਇਹ ਖਾਲੀ ਕਰਵਾਈ ਜਾਵੇ ਜੀ। ਸੋ ਡਿਸਪਿਊਟ ਬਣ ਗਿਆ ਜੀ, ਮਸਲਾ ਬੜਾ ਕੰਪਲੀਕੇਟ ਇਸ਼ੂ ਬਣ ਗਿਆ, ਕੰਪਲੀਕੇਟਡ ਜੀ। ਅਤੇ ਇਹਨਾਂ ਵੱਲੋਂ ਸਾਨੂੰ ਰਿਕੁਐਸਟ ਸੀ ਕਿ ਸਤਿਕਾਰ ਕਮੇਟੀ ਜਥੇਬੰਦੀ ਇਹਨਾਂ ਦੋਨਾਂ ਧਿਰਾਂ ਦਾ, ਗ੍ਰੰਥੀ ਸਿੰਘ ਨਾਲ ਅਤੇ ਮੁਸਲਿਮ ਭਾਈਚਾਰੇ ਦਾ ਜੀ, ਆਪਸ ਦੇ ਵਿੱਚ ਦੋਨਾਂ ਧਿਰਾਂ ਦਾ ਬਿਠਾ ਕੇ ਕਿਸੇ ਤਰੀਕੇ ਨਾਲ ਰਾਜ਼ੀਨਾਮਾ ਸੋਲਟ ਆਊਟ ਕਰਾਈਏ, ਉਲਝੇ ਹੋਏ ਸਥਿਤੀ ਨੂੰ ਮਤਲਬ ਪਿਆਰ ਨਾਲ, ਪ੍ਰੇਮ ਨਾਲ, ਪੀਸਫੁਲੀ ਜੀ ਕਿਸੇ ਤਰੀਕੇ ਨਾਲ ਕੋਈ ਕਰਾਈਏ ਇਹਨਾਂ ਦਾ। ਅੱਛਾ ਬਾਬੇ, ਇਸ ਤੋਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਆਇਆ, ਕੀ ਮਸਲਾ ਬਣਿਆ ਪੂਰਾ? ਗੁਰਦੁਆਰਾ ਸਾਹਿਬ ਜੀ, ਅਸੀਂ ਦੋਨਾਂ ਪਾਰਟੀਜ਼ ਨੂੰ ਬਿਠਾਇਆ ਵਾ ਜੀ, ਅਤੇ ਉੱਥੇ ਜਿੱਥੇ ਗ੍ਰੰਥੀ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਮਤਲਬ ਉਹਦੀ ਰਿਹਾਇਸ਼ ਦਾ ਕੋਈ ਇਸ਼ੂ ਸੀਗਾ ਕਿ ਉਹ ਕਹਿੰਦਾ ਵੀ ਖੜੇ ਪੈਰ ਮੈਂ ਵੀ ਆਪਣੀ ਰਿਹਾਇਸ਼ ਦਾ ਕੀ ਕਰਾਂ, ਉਹਦੀ ਉਹ ਵਾਜਬ ਸੀਗੀ ਜੋ ਗੱਲ ਉਹ ਕਹਿ ਰਿਹਾ ਸੀ। ਹਾਂਜੀ ਹਾਂਜੀ। ਅਤੇ ਪਰ ਉੱਥੇ ਹੀ ਮਤਲਬ ਇਹਨਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਰਿਹਾਇਸ਼ ਦਾ ਵੀ ਕਰਾਂਗੇ, ਤੁਸੀਂ ਰੈਂਟ ਵੀ ਪੇ ਕਰਾਂਗੇ ਜੀ। ਅਤੇ ਨਾਲ ਇਹਨਾਂ ਨੇ, ਹਾਂਜੀ, ਵਕਫ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੂੰ ਕੀ ਆਸ਼ਵਾਸਨ ਦਿੱਤਾ ਜੀ? ਇਹਨਾਂ ਨੇ ਆਸ਼ਵਾਸਨ ਦਿੱਤਾ ਜੀ ਕਿ ਇਹ ਇੱਕ ਤਾਂ ਉਹਨੂੰ ਪਲਾਟ ਜਗ੍ਹਾ ਲੈ ਕੇ ਅਲੋਟ ਲੈ ਕੇ ਦੇਣਗੇ ਵਕਫ ਬੋਰਡ ਦੀ ਜਗ੍ਹਾ ਹੀ ਮਤਲਬ, ਹਾਂਜੀ, ਅਤੇ ਉਹਨੂੰ ਰਿਲੀਜ਼ ਅਤੇ ਪੱਕਾ ਕਰਨਗੇ ਉਹਦੇ ਨਾਲ ਸਾਰਾ ਜੋ ਹੈਗਾ ਕਮਿਟਮੈਂਟ, ਅਤੇ ਵਿਦ ਉਹਦੇ ਨਾਲ ਉਹਦੀ ਰੈਜੀਡੈਂਸ ਦਾ ਜੋ ਹੈਗਾ ਉਹ ਵੀ ਮੁਸਲਿਮ ਭਾਈਚਾਰਾ ਆਪਣੇ ਸਾਰਾ ਭਾਈਚਾਰਾ ਖਰਚਾ ਇਕੱਠਾ ਕਰਕੇ ਉਹਦੀ ਰੈਜੀਡੈਂਸ, ਕਮਰੇ, ਲੈਟਰੀਨ, ਬਾਥਰੂਮ, ਰਸੋਈ ਸਾਰਾ ਉਹ ਵਧੀਆ ਇੱਕ ਘਰ ਉਹਨੂੰ ਬਣਾ ਕੇ ਦੇਣਗੇ ਜੀ। ਸੋ ਇਹ ਸਾਰਾ ਕੁਛ ਗੱਲਾਂ ਬਾਤਾਂ ਚੱਲੀਆਂ ਨੇ, ਪਰ ਆਫਟਰ ਆਲ ਮਤਲਬ ਇਹਨਾਂ ਗੱਲਾਂ ਦੇ ਉੱਪਰ ਉਦੋਂ ਵਿਰਾਮ ਲੱਗ ਗਿਆ ਜਦੋਂ ਇੱਕਦਮ ਹੀ ਉਹ ਗ੍ਰੰਥੀ ਸਿੰਘ ਦੇ ਪਰਿਵਾਰ ਵੱਲੋਂ ਇਹਨਾਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸੋ ਮਾਣਯੋਗ ਹੁਣ ਕੋਰਟ ਵੱਲੋਂ ਹੁਕਮ ਨੇ ਜੀ, ਆਰਡਰ ਨੇ ਜੀ, ਅਤੇ ਉਹ ਆਰਡਰ ਦੇ ਵਿੱਚ ਤਾਂ ਅਸੀਂ, ਸਾਡਾ ਨਹੀਂ ਹੈਗਾ ਕਿ ਅਸੀਂ ਕੋਈ ਅੜਚਣ ਨਹੀਂ ਬਣਨਾ, ਨਾ ਸਾਡਾ ਵੀ ਉਹਦੇ 'ਚ ਦਖਲ ਹੈਗਾ ਜੀ, ਪਰ ਸਾਡਾ ਇਹ ਆ ਕਿ ਰਿਸਪੈਕਟ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅਸੀਂ ਵਚਨਬੱਧ ਹਾਂ, ਸਾਡੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਇਹਨਾਂ ਦਾ ਆਪਸੀ ਮਾਹੌਲ ਬਣਦਾ ਵਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਕੋਈ ਸਾਨੂੰ ਦਿਖਦੀ ਆ, ਤਾਂ ਉਹਦੇ ਲਈ ਅਸੀਂ ਇੱਥੇ ਮਤਲਬ ਹਾਜ਼ਰ ਹਾਂ ਅਤੇ ਵਚਨਬੱਧ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸਾਡੀ। ਗੁਰਦੁਆਰੇ ਦੇ ਗ੍ਰੰਥੀ ਸਿੰਘ ਵੱਲੋਂ ਵੀ ਤੁਹਾਨੂੰ ਕੋਈ ਐਪਲੀਕੇਸ਼ਨ ਆਈ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਜਾਂ ਮੁਸਲਿਮ ਭਾਈਚਾਰੇ ਵੱਲੋਂ? ਨਹੀਂ ਜੀ, ਉਹਦੇ ਵੱਲੋਂ ਨਹੀਂ ਕੋਈ ਆਈ ਹੈਗੀ, ਮੁਸਲਿਮ ਭਾਈਚਾਰੇ ਵੱਲੋਂ ਆਈ ਆ ਤਾਂ ਐਪਲੀਕੇਸ਼ਨ ਜੀ। ਅਤੇ ਬਹੁਤ ਕੋਸ਼ਿਸ਼ ਕੀਤੀ ਜੀ ਅਸੀਂ ਸੰਗਤ ਰੂਪ ਦੇ ਵਿੱਚ ਬੈਠ ਕੇ ਕਿ ਇਹਨਾਂ ਦਾ ਕਿਸੇ ਤਰੀਕੇ ਨਾਲ ਆਪਸੀ ਸਮਝੌਤਾ ਹੋਵੇ, ਅਤੇ ਅੱਗੇ ਤੁਸੀਂ ਇਹਨਾਂ ਵੀਰ ਵਕਫ ਬੋਰਡ ਦੇ ਅਧਿਕਾਰੀ ਵੀ ਸਾਡੇ ਨਾਲ ਆਏ ਹੋਏ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੀ। ਕੀ ਮਸਲਾ ਬਣਿਆ ਜੀ ਪੂਰਾ ਹੁਣ ਇਸ ਟਾਈਮ, ਕੀ ਸਿਚੁਏਸ਼ਨ ਆ, ਕੀ ਸਥਿਤੀ ਹੈ ਜੀ? ਇਹ ਤਕਰੀਬਨ ਅੱਜ ਤੋਂ 15-16 ਸਾਲ ਪਹਿਲਾਂ ਸਾਡਾ ਕੋਰਟ 'ਚ ਕੇਸ ਚੱਲਦਾ ਸੀਗਾ ਜੀ, ਜਿਹਦੇ ਵਿੱਚ ਅਸੀਂ ਬਹੁਤ ਮਿਹਨਤ ਕਰਕੇ ਕਿ ਕੋਰਟ 'ਚੋਂ ਕੇਸ ਜਿੱਤਿਆ। ਹੁਣ ਆਰਡਰ ਆਏ ਹੋਏ ਆ, ਅੱਜ ਕਬਜ਼ਾ ਲੈਣ ਦੇ ਆਰਡਰ ਆਏ ਹੋਏ ਆ, ਜਿਹਨਾਂ ਮੇਰੇ ਉੱਚ ਅਧਿਕਾਰੀ ਵੀ ਆਏ ਹੋਏ ਆ, ਮੁਸਲਮਾਨ ਕਮੇਟੀ ਦੇ ਵੀ ਆਏ ਹੋਏ ਆ ਬੰਦੇ ਜੀ, ਅਤੇ ਅੱਜ ਅਸੀਂ ਕਬਜ਼ਾ ਲਵਾਂਗੇ। ਜਿਹੜਾ ਤੁਹਾਡੇ ਰਾਜੀਨਾਮੇ ਲਈ ਜਥੇਬੰਦੀਆਂ ਬੈਠੀਆਂ ਸੀ, ਕੋਈ ਰਾਜੀਨਾਮੇ ਦੀ ਗੱਲ ਨੇੜੇ ਲੱਗੀ ਤਾਂ? ਰਾਜੀਨਾਮੇ ਅਸੀਂ ਇੱਕ ਇਨਸਾਨੀਅਤ ਤੌਰ 'ਤੇ ਉਹਨਾਂ ਦੀ ਮਦਦ ਕਰਨ ਨੂੰ ਆਖਿਆ ਸੀਗਾ,
ਜੀ ਪਰ ਉਹ ਨਹੀਂ ਮੰਨਿਆ ਹੈ ਹੁਣ ਅਸੀਂ ਇਹਦੇ ਵਿੱਚ ਤਾਂ ਕੁਛ ਕਰਨਾ ਨਹੀਂ ਪਰਿਵਾਰ ਨੂੰ ਵੀ ਤੁਸੀਂ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਲੈ ਲਓਗੇ ਇਹੀ ਜਗ੍ਹਾ ਕਿਉਂ ਖਾਲੀ ਕਰ ਜ਼ਰੂਰੀ ਹੈ ਖਾਲੀ ਕਰਾਉਣੀ ਇਹ ਤਾਂ ਜੀ ਇੱਕ ਮਸਜਿਦ ਦੀ ਜਗ੍ਹਾ ਇਹ ਮਸਜਿਦ ਵਾਸਤੇ ਬਣੂਗੀ ਇੱਥੇ ਮਸਜਿਦ ਹੀ ਬਣੂਗੀ ਜੀ ਨਹੀਂ ਕਿਸੇ ਹੋਰ ਵੀ ਤੁਸੀਂ ਕਹਿ ਰਹੇ ਸੀ ਕਿਸੇ ਹੋਰ ਪਾਸੇ ਪਲਾਟ ਲੈ ਕੇ ਦਓਗੇ ਹਾਂ ਵੱਖ ਬੋਰਡ ਦੀ ਜ਼ਮੀਨਾਂ ਗਰਾਊਂਡ ਵਿੱਚ ਬਹੁਤ ਪਈਆਂ ਵਾ ਇਹਨਾਂ ਨੇ ਕਿੰਨੇ ਚਿਰ ਤੋਂ ਕਿਰਾਇਆ ਨਹੀਂ ਭਰਿਆ ਜੀ ਇਹ ਜਗ੍ਹਾ ਦਾ ਇਹ ਤਾਂ ਜਿੰਨੇ ਚਿਰ ਦੇ ਬੈਠੇ ਕਿਰਾਇਆ ਭਰਿਆ ਦਿੱਤਾ ਹੀ ਨਹੀਂ ਹੈਗਾ ਸਾਨੂੰ ਜੀ ਕਿਰਾਇਆ ਹੀ ਨਹੀਂ ਦਿੱਤਾ ਹੈਗਾ ਖਾਲੀ ਕਰਾਉਣ ਦਾ ਮੇਨ ਰੀਜ਼ਨ ਇਹ ਆ ਕਿ ਕੋਈ ਹੋਰ ਰੀਜ਼ਨ ਆ ਜੀ ਨਹੀਂ ਖਾਲੀ ਕਰਾਉਣ ਦਾ ਮਤਲਬ ਮੇਨ ਰੀਜ਼ਨ ਆ ਮੁਸਲਮਾਨ ਭਾਈਚਾਰੇ ਦੀ ਗਾਇਸ਼ ਸੀ ਵੀ ਸਾਨੂੰ ਬੱਸ ਸਟੈਂਡ ਦੇ ਨੇੜੇ ਮਸਜਿਦ ਬਣਾਈ ਜਾਵੇ ਬੱਸ ਸਟੈਂਡ ਦੇ ਨੇੜੇ ਤੇੜੇ ਕਿਤੇ ਮਸਜਿਦ ਦੀ ਜਗ੍ਹਾ ਉਪਲਬਧ ਕਰਾਈ ਜਾਵੇ ਇਹ ਮਸਜਿਦ ਸੀ ਅਸੀਂ ਇਹੀ ਕੰਮ ਕਰ ਰਹੇ ਜੀ ਇੱਥੇ ਪਹਿਲਾਂ ਮਸਜਿਦ ਸੀ ਜੀ ਹਾਂ ਮਸਜਿਦ ਸੀ ਕਿੰਨੇ ਟਾਈਮ ਤੋਂ ਕੇਸ ਚੱਲਦੇ ਤੁਹਾਡੇ ਕੇਸ 15-16 ਸਾਲ ਤੋਂ ਚੱਲਦਾ 15-16 ਕੇਸ ਤੋਂ ਮਾਨਯੋਗ ਅਦਾਲਤ ਦੇ ਵਿੱਚ ਕੇਸ ਸੀ ਸਾਡੇ ਨਾਲ ਪਰਿਵਾਰ ਵੀ ਆ ਰਾਜੂ ਜੀ ਵੀਰ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਮਤਲਬ ਬੈਠਿਆਂ ਨੂੰ ਤੁਹਾਨੂੰ 65 ਸਾਲ ਹੋ ਗਏ ਤਕਰੀਬਨ ਬੈਠਿਆਂ 65 ਸਾਲ ਤੋਂ ਤੁਸੀਂ ਇਸ ਜਗ੍ਹਾ ਤੇ ਕਾਬਜ਼ ਹੋ ਹਾਂ ਤੇ ਵੱਖ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਵੀ ਤੁਸੀਂ ਕੋਈ ਵੀ ਇਹਦਾ ਰੈਂਟ ਨਹੀਂ ਦੇ ਰਹੇ ਨਹੀਂ ਰੈਂਟ ਕਾ ਦੇਵਾਂਗੇ ਗੁਰਦੁਆਰਾ ਸਾਹਿਬ ਬਣਾਇਆ ਹੈ ਪਹਿਲਾਂ ਤੋਂ ਲੈ ਕੇ ਜੀ ਕਿਉਂਕਿ ਸੰਗਤ ਸਰਵਾਦ ਵੱਖ ਬੋਰਡ ਦੇ ਕੋਈ ਅਸੂਲ ਹੁੰਦੇ ਆ ਕਾਨੂੰਨ ਹੁੰਦੇ ਆ ਕੋਈ ਹਾਂਜੀ ਉਹਨਾਂ ਦੇ ਆਧਾਰ ਤੇ ਹੋਰ ਵੀ ਜਿਹੜੇ ਉਹਨਾਂ ਦੀ ਜਗ੍ਹਾ ਹੁੰਦੀ ਉਹਦਾ ਕਿਰਾਇਆ ਰੈਂਟ ਦਿੱਤਾ ਜਾਂਦਾ ਵਾ ਨਹੀਂ ਅਸੀਂ ਪਹਿਲਾਂ ਬਜ਼ੁਰਗ ਥੋੜਾ ਚਿਰ ਦਿੰਦੇ ਰਹੇ ਆ ਜੀ ਪਰ ਮੈਂ ਨਹੀਂ ਦਿੱਤਾ ਅੱਜ ਤੱਕ ਇਹਨਾਂ ਨੂੰ ਕੋਈ ਕਿਰਾਇਆ ਕਾਰਨ ਕੀ ਸਮਝਦੇ ਹੋ ਕਾਰਨ ਕੋਈ ਮੈਂ ਨਾ ਉਹਦੇ ਨਾਲ ਅਲਾਟਮੈਂਟ ਕਰਾਈ ਆ ਨਾ ਕਦੇ ਹੋ ਕਰਾਇਆ ਬਸ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਮੁੜ ਤੋਂ ਹੀ ਤੁਹਾਡੇ ਪਿਤਾ ਜੀ ਦੇ ਨਾਂ ਤੇ ਚੱਲ ਰਿਹਾ ਆ ਰਹੀ ਹੈ ਅਲਾਟਮੈਂਟ ਇਹ ਹਾਂਜੀ ਹਾਂਜੀ ਰਾਜੂ ਜੀ 15 ਸਾਲ ਤੋਂ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਤੁਸੀਂ ਕੇਸ ਦੇ ਵਿੱਚ ਪੇਸ਼ ਹੋ ਗਏ ਸੀ ਇੱਕ ਦੋ ਵਾਰੀ ਮੈਂ ਗਿਆ ਜੀ ਜੀ ਪਰ ਮੈਨੂੰ ਕੋਈ ਚੰਗੀ ਜਿਹੀ ਗੱਲ ਲੱਗੀ ਨਹੀਂ ਇਹਦੇ ਲਈ ਮੈਂ ਉਦੋਂ ਬਾਅਦ ਪਿੱਛੇ ਹਟ ਗਿਆ ਉਹਨੇ ਕੋਈ ਗੁਰਦੁਆਰੇ ਕੋਰਟ ਕੇਸ ਕਿਹੜੀ ਜਗ੍ਹਾ ਤੇ ਚੱਲ ਰਿਹਾ ਸੀਗਾ ਜੀ ਇਹ ਆਪਣੇ ਜਗਰਾਉਂ ਹੀ ਚੱਲ ਰਿਹਾ ਲੋਅਰ ਕੋਰਟ ਦੇ ਵਿੱਚ ਹਾਂਜੀ ਇਸ ਤੋਂ ਬਾਅਦ ਸੈਸ਼ਨ ਕੋਰਟ ਗਿਆ ਹੋਊਗਾ ਕੇਸ ਪਤਾ ਨਹੀਂ ਮੈਨੂੰ ਮੈਂ ਬਾਹਲਾ ਗਿਆ ਹੀ ਨਹੀਂ ਜੀ ਇਸ ਕੇਸ ਅੱਛਾ ਇਸ ਤੋਂ ਬਾਅਦ ਤੁਸੀਂ ਕੋਈ ਕੋਰਟ ਦੇ ਵਿੱਚ ਅਪੀਲ ਦਰਜ ਕੀਤੀ ਹੈ ਤੁਸੀਂ ਆਪਣੇ ਪਰਿਵਾਰ ਲਈ ਕੋਈ ਅਪੀਲ ਲਾਈ ਹੋਈ ਹੈ ਇਸ ਤੋਂ ਬਾਅਦ ਜਿਹੜਾ ਕੋਰਟ ਦਾ ਫੈਸਲਾ ਆਇਆ ਵੀ ਖਾਲੀ ਕਰਾਉਣ ਦੀ ਜਗ੍ਹਾ ਹੁਣ ਲਾਏ ਆ ਬੇਟੇ ਨੇ ਪਹਿਲਾਂ ਨਹੀਂ ਲਾਈ ਅੱਛਾ ਜੀ ਹੁਣ ਤਾਂ ਡੇਟ ਪਈ ਹੋਈ ਆ ਜੀ ਜੀ ਬਾਬਾ ਜੀ ਮੈਂ ਤੇ ਇੱਕ ਹੋਰ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਤੇ ਮੁਸਲਿਮ ਭਾਈਚਾਰਾ ਸਾਡੇ ਲਈ ਬੜਾ ਰਿਸਪੈਕਟੇਬਲ ਹੈ ਤੇ ਆਲਵੇਜ਼ ਰਹੂਗਾ ਜੀ ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਅਗਰ ਇਹਨਾਂ ਨੇ ਸਾਡੇ ਧਰਮ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਤਾਂ ਅਸੀਂ ਵੀ ਹਾਂ ਦਾ ਨਾਰਾ ਆਲਵੇਜ਼ ਮਾਰਾਂਗੇ ਜੀ ਜਿੱਥੇ ਇਹ ਸਹੀ ਨੇ ਜੀ ਮੈਂ ਬੜੇ ਸਪਸ਼ਟ ਲਫ਼ਜ਼ਾਂ 'ਚ ਕਹਿ ਦੇਵਾਂ ਇੰਚ ਅੱਧੀ ਇੰਚ ਵੀ ਅਗਰ ਜਗ੍ਹਾ ਸਾਡੀ ਹੁੰਦੀ ਸਾਡੇ ਦਾਅਵੇ ਦੀ ਹੁੰਦੀ ਅਸੀਂ ਛੱਡਦੇ ਨਹੀਂ ਸੀ ਜੀ ਅਗਰ ਇੰਚ ਵੀ ਜਗ੍ਹਾ ਅਗਰ ਸਾਡੀ ਨਹੀਂ ਹੈਗੀ ਉਹਨਾਂ ਦੀ ਤਾਂ ਸਾਡਾ ਕੋਈ ਦਾਅਵਾ ਨਹੀਂ ਮਤਲਬ ਜਥੇਬੰਦੀਆਂ ਦੇ ਤਾਂ ਕੋਈ ਦਾਅਵਾ ਅਸੀਂ ਨਹੀਂ ਕਰਾਂਗੇ ਮੁਸਲਮਾਨ ਭਾਈਚਾਰੇ ਦਾ ਮੈਂ ਰਿਣੀ ਹਾਂ ਕਿ ਬਰਗਾੜੀ ਮੋਰਚੇ ਤੋਂ ਬਾਅਦ ਇਹਨਾਂ ਨੇ ਮਲੇਰ ਕੋਟਲਾ ਸਾਰਾ ਜਾਮ ਕਰਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਮੰਨ ਕੇ ਜੀ ਹਮੇਸ਼ਾ ਸਾਡੇ ਨਾਲ ਖੜੇ ਆ ਮਤਲਬ ਨਿਰਾਪੁਰਾ ਧੱਕੇਸ਼ਾਹੀ ਵਾਲਾ ਕੋਈ ਮਸਲਾ ਨਹੀਂ ਗੁਰੂ ਸਾਹਿਬ ਦਾ ਵੀ ਇਹੀ ਸਿਧਾਂਤ ਆ ਵੀ ਜਿਹੜੀ ਆਪਦੀ ਚੀਜ਼ ਆ ਉਸ ਤੇ ਹੀ ਹੁੰਦਾ ਬੰਦਾ ਹੱਕ ਦੇਖੋ ਮੈਂ ਉਹ ਦੱਸਦਿਆਂ ਤੁਹਾਨੂੰ ਮਹਾਰਾਜ ਕਹਿੰਦੇ ਨੇ ਗੁਰਬਾਣੀ 'ਚ ਜੀ ਪਾਤਸ਼ਾਹ ਕਹਿੰਦੇ ਨੇ ਗੁਰ ਪੀਰ ਹਮਾ ਤਾਂ ਭਰੇ ਜੀ ਜਾਂ ਮੁਰਦਾਰ ਨਾ ਖਾਏ ਜੀ ਵੀ ਗੁਰੂ ਹਾਮੀ ਉਦੋਂ ਭਰੂਗਾ ਜੋ ਤੁਸੀਂ ਮੁਰਦਾ ਨਹੀਂ ਖਾਂਦੇ ਕਿਸੇ ਦਾ ਹੱਕ ਨਹੀਂ ਖਾਂਦੇ ਜੀ ਬਿਲਕੁਲ ਬਿਲਕੁਲ ਇਹ ਇੱਕ ਗੱਲ ਹੋਰ ਆ ਕਿ ਇਹ ਜੋ ਗੁਰਬਾਣੀ ਦੇ ਪਾਵਨ ਸਿਧਾਂਤ ਨੇ ਉਹ ਸਾਨੂੰ ਸਾਡੇ ਜੀਵਨ ਤੇ ਲਾਗੂ ਕਰਨ ਨੂੰ ਕਹੇ ਨੇ ਗੁਰੂ ਸਾਹਿਬ ਨੇ ਜੀ ਅਗਰ ਅਸੀਂ ਉਹ ਸਿਧਾਂਤਾਂ ਨੂੰ ਆਪਣੇ ਜੀਵਨ ਤੇ ਲਾਗੂ ਤਾਂ ਕਰਨਾ ਦੂਰ ਦੀ ਗੱਲ ਅਤੇ ਗੁਰੂ ਦਾ ਹੀ ਓਟ ਆਸਰਾ ਲੈ ਕੇ ਉਹ ਸਿਧਾਂਤਾਂ ਨੂੰ ਅੱਖੋਂ ਪਰੋਖਾ ਕਰੀਏ ਤਾਂ ਸਾਡੇ ਵਾਸਤੇ ਠੀਕ ਨਹੀਂ ਹੈਗਾ ਸੋ ਇੱਥੇ ਇਹ ਆ ਕਿ ਸਾਡਾ ਕੋਈ ਬਹੁਤਾ ਵੱਡਾ ਰੋਲ ਨਹੀਂ ਅਸੀਂ ਇਹਨਾਂ ਦੋਨਾਂ ਧਿਰਾਂ ਦਾ ਆਪਸੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਆ ਜੋ ਸਾਡੇ ਤੋਂ ਨਹੀਂ ਹੋ ਪਾਇਆ ਇਹਨਾਂ ਦਾ ਸਮਝੌਤਾ ਆਪਸੀ ਤੇ ਅੱਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸਾਡੀ ਬਣਦੀ ਜ਼ਿੰਮੇਵਾਰੀ ਆ ਮਹਾਰਾਜ ਦੇ ਆਦਮ ਸਤਿਕਾਰ ਲਈ ਉਹਦੇ ਲਈ ਅਸੀਂ ਸਾਡੀ ਹਾਜ਼ਰੀ ਆ ਜੀ ਪ੍ਰੈਜੈਂਸ ਆ ਤੇ ਅਸੀਂ ਖੜੇ ਹਾਂ ਜੀ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਲਈ ਅਸੀਂ ਧੰਨਵਾਦ ਹਮੇਸ਼ਾ ਲਈ ਵਚਨਬੱਧ ਹਾਂ ਜੀ ਧੰਨਵਾਦ ਪਰਿਵਾਰ ਜੇ ਨਹੀਂ ਜਗ੍ਹਾ ਖਾਲੀ ਕਰਦੇ ਇਸ ਤੋਂ ਬਾਅਦ ਤੁਹਾਡਾ ਕੀ ਕਹਿਣਾ ਕਰਨਾ ਹੋਵੇ
ਮੈਂ ਪੰਜਾਬ ਕੋਲ ਆਥੋਰਾਈਜ਼ ਕੀਤਾ ਗਿਆ ਕੇਸ ਲੜਨ ਲਈ। ਮੈਂ ਸਟੇਟ ਅਫਸਰ ਪੰਜਾਬ ਕੋਲ ਲੁਧਿਆਣਾ ਕੰਮ ਕਰਦਾ ਪਿਆ। ਇਹ ਪੰਜਾਬ ਕੋਰਟ ਦੀ ਜਗ੍ਹਾ, ਅਸੀਂ 10-12 ਸਾਲ ਪਹਿਲਾਂ ਇੱਥੇ ਜਿਹੜਾ ਕੇਸ ਕੀਤਾ ਵਾ, ਜੋ ਕਿ ਅਸੀਂ ਮਾਨਯੋਗ ਕੋਰਟ ਵੱਲੋਂ ਜਿੱਤ ਗਏ, ਹੁਣ ਇਹਨੂੰ ਕਿਹਾ ਖਾਲੀ ਕਰਾਉਣ ਲਈ ਕੋਰਟ ਵੱਲੋਂ ਆਰਡਰ ਹੋਇਆ ਇਹਨੂੰ ਪੁਲਿਸ ਦੀ ਸਹਾਇਤਾ ਨਾਲ ਜੀ। ਕਿਉਂਕਿ ਪਰਿਵਾਰ ਵੱਲੋਂ ਕੋਈ ਐਪਲੀਕੇਸ਼ਨ ਦਾਇਰ ਕੀਤੀ ਗਈ ਹੈ ਜੀ ਇਹਦੀ ਸਟੇਅ ਵਾਸਤੇ? ਪਤਾ ਨਹੀਂ ਇਹਨਾਂ ਨੇ ਕੀਤੀ ਹੋਊਗੀ, ਅਤੇ ਕਿਹੜਾ ਹੈਗਾ ਸਟੇਅ ਲਈ ਪਤਾ ਲੱਗਿਆ ਇਹਨਾਂ ਨੇ ਕੀਤੀ ਉਹ ਕਿਹੜਾ ਹੈਗਾ, ਕੋਰਟ ਨੇ ਮੰਨੀ ਨਹੀਂ ਹੈਗੀ ਜੀ। ਯਾਨੀ ਕਿ ਪਟੀਸ਼ਨ ਰੱਦ ਕਰ ਦਿੱਤੀ ਗਈ, ਉਹ ਤਾਂ ਇਸ ਤੋਂ ਤੁਹਾਡਾ ਅਗਲਾ ਕੀ ਕਦਮ ਹੋਊਗਾ ਜੀ? ਅਸੀਂ ਦੇਖੋ ਜੀ, ਜੋ ਗੱਲ ਕਿਹੜਾ ਕਾਨੂੰਨ ਨਾਲ ਹੋਣੀ ਆ ਅਸੀਂ ਉਹੀ ਕਰਾਂਗੇ। ਅਸੀਂ ਜ਼ਬਰਦਸਤੀ ਨਹੀਂ ਕਰਨੀ, ਨਾ ਅਸੀਂ ਸਾਡਾ ਕੋਈ ਜ਼ਬਰਦਸਤੀ ਕਰਨ ਦਾ ਇਰਾਦਾ ਹੈਗਾ। ਕੋਰਟ ਵੱਲੋਂ ਆਰਡਰ ਆ, ਕੋਰਟ ਦੇ ਬੰਦੇ ਵੀ ਆਏ ਹੋਏ ਨੇ ਜੀ, ਅਤੇ ਸਾਨੂੰ ਪੁਲਿਸ ਹੈਲਪ ਆ ਜੋ ਇਹ ਕਹਿਣਗੇ ਅਸੀਂ ਇਸ ਤੋਂ ਉਸ ਤਰ੍ਹਾਂ ਕਰਾਂਗੇ। ਪਹਿਲਾਂ ਰਾਜੀਨਾਮੇ ਦੀ ਵੀ ਗੱਲ ਚੱਲੀ ਸੀ, ਰਾਜੀਨਾਮਾ ਨਹੀਂ ਸਿਰੇ ਚੜਿਆ? ਉਹ ਸਾਡੇ ਕਿਹੜਾ ਹੈਗਾ, ਆਪਣੇ ਸਾਡੇ ਕਿਹੜਾ ਭਾਈਚਾਰੇ ਵੱਲੋਂ ਹੁੰਦਾ ਤਾਂ ਇਹ ਨਹੀਂ ਮੰਨੇ ਇਹਨਾਂ ਦੀ ਮਰਜ਼ੀ।